ਸਤਿ ਸ਼੍ਰੀ ਅਕਾਲ ਜੀ। ਤੋ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿੰਦੇ ਹਾਂ ਕਿ ਐਕਚੁਅਲੀ ਪਿਛਲੇ 15-20 ਦਿਨਾਂ ਤੋਂ ਬਹੁਤ ਜ਼ਿਆਦਾ ਸਿਹਤ 'ਚ ਪ੍ਰੋਬਲਮ ਆਉਣ ਕਰਕੇ, ਮੀਨਜ਼ ਕਿ ਪੰਜਾਬੀ 'ਚ ਆਪਾਂ ਕਹਿ ਲਈਏ ਕਿ ਠੰਡ ਲੱਗਣ ਕਰਕੇ, ਤਾਂ ਇੰਸਟੀਟਿਊਟ ਨੂੰ ਤਕਰੀਬਨ ਆਲਮੋਸਟ ਅਸੀਂ 15-20 ਦਿਨਾਂ ਲਈ ਬੰਦ ਹੀ ਰੱਖਿਆ। ਅਤੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਹੁਣ ਦੁਬਾਰਾ ਠੀਕ ਹੋਣ ਤੋਂ ਬਾਅਦ ਅਸੀਂ ਜਿਹੜਾ ਆਪਣੀ ਉਹ ਕਮਿਟਮੈਂਟ ਸੀ, ਖੈਰ ਅਸੀਂ ਉਹ 3 ਟੈਸਟਾਂ ਵਾਲੀ ਕਮਿਟਮੈਂਟ ਤਾਂ ਨਹੀਂ ਪੂਰੀ ਕਰ ਸਕੇ, ਕਿਉਂਕਿ ਓਬਵੀਅਸ ਜੀ ਗੱਲ ਆ ਕਿ ਉਸ ਟਾਈਮ 20 ਦਿਨ ਸਾਡੇ ਵਾਸਤੇ ਕੱਢਣੇ ਬਹੁਤ ਔਖੇ ਸੀ। ਸੋ ਅਸੀਂ 28 ਤਰੀਕ ਵਾਲਾ ਟੈਸਟ ਸ਼ੁਰੂ ਹੋਣ ਤੋਂ, 28 ਜਨਵਰੀ ਨੂੰ ਜਿਹੜਾ ਤੁਹਾਡਾ ਟੈਸਟ ਹੋ ਰਿਹਾ ਹੈ, ਉਹਦੇ ਤੋਂ ਪਹਿਲਾਂ ਦੋ ਚੀਜ਼ਾਂ ਤੁਹਾਨੂੰ ਅਸੀਂ ਜ਼ਰੂਰ ਦੇ ਰਹੇ ਹਾਂ ਸਾਰੇ ਐਸਪੀਰੈਂਟਸ ਵਾਸਤੇ, ਬਹੁਤ ਇੰਪੋਰਟੈਂਟ। ਇੱਕ ਤਾਂ ਅਸੀਂ ਵੀਰਵਾਰ 25 ਜਨਵਰੀ 2024 ਨੂੰ ਦੁਪਹਿਰੇ 12:30 ਇੱਕ ਟੈਸਟ ਕੰਡਕਟ ਕਰਾਂਗੇ। ਅਤੇ ਯਾਦ ਰੱਖਿਓ, ਟੈਸਟ ਦਾ ਲੈਵਲ, ਕਿਉਂਕਿ ਹੁਣ 20 ਤਰੀਕ ਅਤੇ 21 ਤਰੀਕ ਵਾਲਾ ਪੇਪਰ ਹੋ ਚੁੱਕਿਆ, ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਪੇਪਰ ਫਰੇਮ ਕੀਤਾ ਹੈ, ਪਰਮਾਤਮਾ ਦੀ ਕਿਰਪਾ ਟੱਚਵੁੱਡ ਇਹੀ ਸੀਗਾ, ਜਿੰਨੀ ਔਖੀ ਘੁਮਾ ਕੇ ਉਹ ਜੀ ਕੇ ਪਾਈ ਆ, ਉਵੇਂ ਦੀ ਹੀ ਜੀ ਕੇ ਅਸੀਂ 16 ਦਸੰਬਰ ਦੇ ਟੈਸਟ 'ਚ ਰੱਖੀ ਸੀ। ਅਤੇ ਮੈਂ ਇੰਨੀ ਗਰੰਟੀ ਦਿੰਦਾ ਉਹਦੇ ਨਾਲ ਮੈਚ ਕਰਦਾ, ਅਸੀਂ ਬਿਲਕੁਲ ਵੀ ਆਪਣੇ ਟੈਸਟ ਨੂੰ ਨਹੀਂ ਬਦਲਿਆ। ਜੋ 6 ਜਨਵਰੀ ਨੂੰ ਟੈਸਟ ਹੋਣਾ ਸੀ ਐਜ਼ ਇਟ ਇਜ਼, ਉਹੀ ਟੈਸਟ, ਸਿਰਫ ਅਸੀਂ ਵਿੱਚੋਂ 2 ਜਾਂ 3 ਸਵਾਲ ਬਦਲੇ ਆ ਇਕੱਲੇ। ਜਦਕਿ ਤੁਹਾਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਪੇਪਰਾਂ ਦੀ ਇੱਕ ਇਸ਼ਾਰਾ ਕਲੀਅਰ ਆ ਕਿ ਆਉਣ ਵਾਲੇ ਪੇਪਰਾਂ ਦਾ ਲੈਵਲ ਕੀ ਰਹਿਣ ਵਾਲਾ ਹੈ। ਤਾਂ ਇੱਕ ਗੱਲ ਦੇਖਿਓ, ਇੱਕ ਤਾਂ ਕੱਲ੍ਹ ਅਸੀਂ ਇਹ ਚੀਜ਼ ਰਿਲੀਜ਼ ਕਰ ਰਹੇ ਹਾਂ, ਇੱਕ ਅਸੀਂ ਕੱਲ੍ਹ ਦੂਸਰੀ ਚੀਜ਼ ਯੂਟਿਊਬ 'ਤੇ ਰਿਲੀਜ਼ ਕਰ ਰਹੇ ਹਾਂ, ਪੰਜਾਬੀ ਵਿਆਕਰਨ ਦੀ ਮੈਰਾਥਨ। ਉਹ ਮੈਰਾਥਨ 'ਚ ਕੀ ਆ, ਜਿਹੜੇ ਬੱਚੇ ਆਲਰੇਡੀ ਵਧੀਆ ਲੈਵਲ 'ਤੇ ਪੰਜਾਬੀ ਦੀ ਤਿਆਰੀ ਕਰ ਚੁੱਕੇ ਆ, ਉਹ ਚਾਹੁੰਦੇ ਆ ਕਿ ਸਰ ਲਿਪਾਂਕ, ਨਿਪਾਤ, ਵਾਕੰਸ਼ ਵਰਗੇ ਸਵਾਲ, ਜਿਹੜੇ ਸਟੂਡੈਂਟ ਸਾਡੇ ਕੋਰਸ 'ਚ ਇਨਰੋਲਡ ਨੇ, ਉਹ ਕਾਇੰਡਲੀ ਇੱਕ ਵਾਰੀ ਵੀਡੀਓਜ਼ ਨੂੰ ਦੁਬਾਰਾ ਦੇਖਣ ਜਾ ਕੇ ਚੰਗੀ ਤਰ੍ਹਾਂ ਆਪਣੇ ਕੋਰਸ ਦੇ ਵਿੱਚ ਜਿਹੜੀਆਂ ਪੰਜਾਬੀ ਵਿਆਕਰਨ ਦੀਆਂ ਵੀਡੀਓਜ਼ ਨੇ, ਉਹਨਾਂ ਦੇ ਵਿੱਚ ਆਪਾਂ ਵਾਕਾਂਸ਼, ਲਿਪਾਂਤ, ਨਿਪਾਤ ਜੋ ਵੀ ਟਰਮਸ ਹੁੰਦੀਆਂ, ਕਿਉਂਕਿ ਪੰਜਾਬੀ ਵਾਲਾ ਟੀਚਰ ਜ਼ਿਆਦਾ ਵਧੀਆ ਜਾਣਦਾ ਹੈ, ਤਾਂ ਉਹਨਾਂ ਨੇ ਪੰਜਾਬੀ ਵਿਆਕਰਨ 'ਚ ਬੜੀ ਬਰੀਕੀ ਨਾਲ ਮਿਸਲੀਨੀਅਸ ਪੰਜਾਬੀ ਦੀ ਵਿੱਚ ਜਾ ਕੇ ਉਹਨਾਂ ਨੇ ਅਖਾਣ ਮੁਹਾਵਰੇ ਵੀ ਔਖੇ ਕਰਾਏ ਹੋਏ ਆ। ਸੋ ਜਿਹੜੇ ਬੱਚੇ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਸਰ ਪੰਜਾਬੀ, ਫਿਰ ਵੀ ਅਸੀਂ ਕੀ ਕੀਤਾ, 50 ਸਵਾਲਾਂ ਦੀ ਇੱਕ ਮੈਰਾਥਨ ਮੈਮ ਸਪੈਸ਼ਲ ਕਰਾਉਣਗੇ, ਜਿਹਦੇ 'ਚ ਤੁਹਾਨੂੰ ਕੋਈ ਸਵਾਲ ਸਿੰਪਲ ਨਹੀਂ ਮਿਲੂਗਾ, ਕਿਉਂਕਿ ਮੈਨੂੰ ਪਤਾ ਕਿ ਸਿੰਪਲ ਸਵਾਲ ਥੋੜ੍ਹਾ ਤੁਸੀਂ ਛੱਡ ਕੇ ਆਓਗੇ। ਜਿੰਨੇ ਪੁਰਾਣੇ ਪੇਪਰਾਂ 'ਚ ਔਖੇ ਸਵਾਲ ਆਏ ਆ, ਅਤੇ 50 ਔਖੇ ਸਵਾਲ ਸਿਲੈਕਟ ਕੀਤੇ ਗਏ ਆ 20 ਜਨਵਰੀ 2024 ਦੇ ਪੇਪਰਾਂ ਤੱਕ, ਮੀਨਸ ਕਿ ਕੱਲ੍ਹ ਪਰਸੋਂ ਦੇ ਪੇਪਰਾਂ ਤੱਕ, ਕੱਲ੍ਹ ਵਾਲੇ ਅਤੇ ਪਰਸੋਂ ਵਾਲੇ ਪੇਪਰਾਂ 'ਚੋਂ 1 ਜਾਂ 2 ਹੀ ਔਖੇ ਸਵਾਲ ਲੱਭੇ, ਬਾਕੀ ਸਾਰੇ ਪੁਰਾਣੇ ਸਵਾਲ ਹੀ ਆ। ਸੋ ਉਸ ਮੈਰਾਥਨ ਨੂੰ ਦੇਖਣਾ ਨਾ ਭੁੱਲਿਓ, ਉਹ ਵੀਰਵਾਰ ਸ਼ਾਮ ਤੱਕ ਅਪਲੋਡ ਹੋ ਜੂਗੀ, ਅਤੇ ਦੁਪਹਿਰੇ 25 ਜਨਵਰੀ ਨੂੰ ਦੁਪਹਿਰੇ। ਇੱਕ ਗੱਲ ਹੋਰ, ਇਸ ਟੈਸਟ ਨੂੰ ਬੜੀ ਜ਼ਿੰਮੇਵਾਰੀ ਨਾਲ ਦਿਓ, ਕਿਉਂਕਿ ਦੇਖੋ ਜੇ ਤੁਸੀਂ ਸੀਰੀਅਸਲੀ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਨਾ, ਤਾਂ ਸੱਚ ਦਾ ਸਾਹਮਣਾ ਕਰਨਾ ਸਿੱਖੀਏ ਆਪਾਂ। ਇੱਕ ਗੱਲ ਯਾਦ ਰੱਖਿਓ, ਹਰ ਸਬਜੈਕਟ ਬੜਾ ਵਧੀਆ ਤਿਆਰ ਹੋਣਾ ਚਾਹੀਦਾ। ਅਤੇ ਜੇ ਕੋਈ ਮੈਨੂੰ ਕਹੇ ਕਿ ਸਰ ਮੈਂ ਤੁਹਾਡੇ ਨਾਲ ਟੈਲੀਗ੍ਰਾਮ 'ਤੇ, ਦੇਖੋ ਜਿਹੜੇ ਸਾਡੇ ਆਲਰੇਡੀ ਵਟਸਐਪ ਗਰੁੱਪ ਬਣੇ ਆ ਜਿਹੜੇ ਇੰਸਟੀਟਿਊਟ ਦੇ, ਉਸ ਤੋਂ ਬਿਨਾਂ ਇੱਕ ਟੈਲੀਗ੍ਰਾਮ ਦਾ ਪਬਲਿਕ ਗਰੁੱਪ ਬਣਿਆ, ਮੈਂ ਤਾਂ ਜਿਹੜੀ ਪੁਰਾਣੇ ਪੇਪਰਾਂ ਦੀ ਕਿਤਾਬ ਸੀ ਜਿਹਦੇ 'ਚ ਬੜੇ ਵਧੀਆ ਵਧੀਆ ਪ੍ਰੀਵੀਅਸ ਈਅਰ ਪੇਪਰ ਆ, ਉਹ ਮੈਂ ਸ਼ੇਅਰ ਕੀਤੀ ਹੋਈ ਆ, ਠੀਕ ਆ।
ਇੱਕ ਸੀਨੀਅਰ ਅਸਿਸਟੈਂਟ ਦੀ ਪ੍ਰੀਵੀਅਸ ਈਅਰ ਬੁੱਕ ਦੇ ਨਾਮ ਤੇ ਮੈਂ ਨਾ ਜਦੋਂ ਵੀ ਕੋਈ ਸਟੂਡੈਂਟ ਸਾਨੂੰ ਕਾਲ ਕਰਦਾ ਸੀ ਜਾਂ ਫੋਨ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਕੁਐਰੀ ਲੈਂਦਾ ਸੀ, ਮੈਂ ਹਮੇਸ਼ਾ ਕਹਿੰਦਾ ਸੀ ਇਸ ਵਾਰ ਕਿ ਜਿਹੜੀ ਅਸੀਂ ਸੀਨੀਅਰ ਅਸਿਸਟੈਂਟ ਵਾਸਤੇ ਪ੍ਰੀਵੀਅਸ ਈਅਰ ਕੰਪਾਈਲੇਸ਼ਨ ਬੁੱਕ ਆ ਨਾ ਉਹਦੇ ਥੋੜ੍ਹੇ ਜਿਹੇ ਪੇਪਰ ਸੋਲਵ ਕਰਕੇ ਦੇਖੋ। ਵਜ੍ਹਾ, ਉਹ ਪੇਪਰ ਪੁਰਾਣੇ ਸਮੇਂ 'ਚ ਪੰਜਾਬ ਯੂਨੀਵਰਸਿਟੀ ਨੇ ਲਏ ਆ ਅਤੇ ਉਦੋਂ ਪੰਜਾਬ ਯੂਨੀਵਰਸਿਟੀ ਗਰੁੱਪ ਬੀ ਦੇ ਪੇਪਰ ਲੈਂਦੀ ਸੀ ਤਾਂ ਉਸੇ ਲੈਵਲ ਦਾ ਪੇਪਰ ਆਊਗਾ ਅਤੇ ਗੱਲ ਵੀ ਉਹ ਹੋਈ 20 ਤਰੀਕ ਦਾ ਪੇਪਰ ਵੀ ਉਸੇ ਲੈਵਲ ਦਾ ਆ। ਅਤੇ ਇਹ ਗੱਲ ਮੈਂ ਆਪਣੀ ਦਸੰਬਰ ਦੀਆਂ ਵੀਡੀਓ 'ਚ ਹੀ ਦੱਸ ਚੁੱਕਿਆ। ਉਸ ਵੇਲੇ ਕੋਈ ਸਾਨੂੰ ਕਹੇ ਕਿ ਸਰ ਤੁਸੀਂ ਆਪਣੀ ਨਾਇਲੈਟ ਦੇ ਪ੍ਰੀਵੀਅਸ, ਜਦਕਿ ਜਦੋਂ ਤੁਹਾਨੂੰ ਪਤਾ ਸੀ ਕਿ ਨਾਇਲੈਟ ਨੇ ਪੁਰਾਣੇ ਪੇਪਰ ਪਾਉਣੇ ਆ, ਨਾਇਲੈਟ ਨੇ ਇਹ ਪੇਪਰ ਪਾਉਣਾ, ਫਿਰ ਤੁਸੀਂ ਨਾਇਲੈਟ ਦੇ ਹੀ ਪੁਰਾਣੇ ਪੇਪਰਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਪੰਜਾਬ ਯੂਨੀਵਰਸਿਟੀ ਦੇ ਪੇਪਰ ਕਿਉਂ ਪ੍ਰਮੋਟ ਕੀਤੇ ਆ ਜਿਹੜੇ ਪੰਜਾਬ ਯੂਨੀਵਰਸਿਟੀ ਨੇ 2012 13 14 'ਚ, ਫੂਡ ਸਪਲਾਈ 2013, ਫੂਡ ਸਪਲਾਈ 2014, ਉਹਨਾਂ ਸਮਿਆਂ 'ਚ ਹੋਏ ਸੀਨੀਅਰ ਸਹਾਇਕ ਦੇ ਪੇਪਰ ਜਿਹੜੇ ਕਿ ਸਾਡੀ ਸੀਨੀਅਰ ਅਸਿਸਟੈਂਟ ਦੀ ਕਿਤਾਬ 'ਚ ਪਏ ਹੋਏ ਆ, ਮੈਂ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਕਿਉਂਕਿ ਇਹ ਪੇਪਰ ਗਰੁੱਪ ਬੀ ਦੇ ਸੀ। ਘੱਟੋ ਘੱਟ ਤੁਹਾਨੂੰ ਲੈਵਲ ਤਾਂ ਪਤਾ ਲੱਗੇ ਕਿ ਇਸ ਲੈਵਲ ਦੀ GK ਸਾਨੂੰ ਪੇਪਰ 'ਚ ਆ ਸਕਦੀ ਹੈ ਜਾਂ ਇਸ ਲੈਵਲ ਦੀ ਪੰਜਾਬੀ ਇੰਗਲਿਸ਼ ਜਾਂ ਆਪਣੀ ਪੰਜਾਬ GK ਪੇਪਰ 'ਚ ਆ ਸਕਦੀ ਹੈ। ਸੋ ਅਸੀਂ ਇਹ ਕੋਸ਼ਿਸ਼ ਕੀਤੀ ਆ, ਕਿਸੇ ਨੂੰ ਡਰਾਉਣ ਦਾ ਕੰਮ ਨਹੀਂ ਕੀਤਾ। ਦੇਖੋ ਗੱਲ ਇਹ ਆ, ਤੁਸੀਂ ਕਿਸੇ ਵੀ ਪੇਪਰ ਨੂੰ ਦੇ ਕੇ ਜੇ ਡਰਨਾ ਚਾਹੁੰਦੇ ਹੋ ਤਾਂ ਡਰ ਜਾਓ, ਕਿਸੇ ਪੇਪਰ ਨੂੰ ਦੇ ਕੇ ਜੇ ਪੋਜ਼ਿਟਿਵ ਹੋਣਾ ਚਾਹੁੰਦੇ ਹੋ ਤਾਂ ਪੋਜ਼ਿਟਿਵ ਹੋ ਜਾਓ, ਠੀਕ ਆ। ਗੱਲ ਇਹ ਆ ਕਿ ਸਾਡਾ ਅਸੀਂ ਕੋਈ ਟੈਸਟ ਸੀਰੀਜ਼ ਲਾਂਚ ਨਹੀਂ ਕੀਤੀ, ਅਸੀਂ ਤਾਂ ਫ੍ਰੀ ਟੈਸਟ ਜਿਹੜੇ ਆ ਕੰਡਕਟ ਕੀਤੇ ਆ। ਸਾਡੀ ਐਪਲੀਕੇਸ਼ਨ ਤੇ ਇੱਕ ਕੋਰਸ ਆ, ਠੀਕ ਆ। ਮੈਂ ਪਹਿਲਾਂ ਦੱਸਦਾ ਤੁਹਾਨੂੰ ਕਿ ਸਾਡੀ ਐਪਲੀਕੇਸ਼ਨ ਜਿਹੜੀ ਆ ਉਹ ਮਾਸਟਰ ਕਲਾਸਿਸ ਪਟਿਆਲਾ ਦੀ ਇਸ ਲੋਗੋ ਦੀ ਆ, ਐਂਡਰਾਇਡ ਤੇ ਮਾਸਟਰ ਕਲਾਸਿਸ ਪਟਿਆਲਾ ਇਹ ਨਾਮ, ਆਈਫੋਨ ਤੇ ਮਾਈ ਇੰਸਟੀਟਿਊਟ, ਫਿਰ ਉਹ ਕੋਡ ਮੰਗੂਗੀ MVWOG। ਉੱਥੇ ISPCS ਇੰਗਲਿਸ਼ ਮੀਡੀਅਮ, ਪੰਜਾਬੀ ਮੀਡੀਅਮ, PPSC ਕੋਰਸਿਸ, ਪੰਜਾਬ ਗੌਰਮੈਂਟ ਜੋਬ। ਪੰਜਾਬ ਗੌਰਮੈਂਟ ਜੋਬ ਦੇ ਟੈਬ 'ਚ ਜਾਓਗੇ ਤਾਂ ਤੁਹਾਨੂੰ PSSSB ਐਂਡ ਪੰਜਾਬ ਪੁਲਿਸ ਗਰੁੱਪ BNC ਇਗਜ਼ਾਮਸ ਦਾ ਕੋਰਸ ਮਿਲੂਗਾ। ਇਸ ਕੋਰਸ ਦੇ ਵਿੱਚ ਤੁਸੀਂ ਜਦੋਂ ਗੌਰਮਲ ਦੇਖੋਗੇ ਨਾ, ਇੱਥੇ ਲਿਖਿਆ ਹੋਊਗਾ ਫ੍ਰੀ ਮੌਕ ਟੈਸਟ ਸੀਰੀਜ਼, ਉਸ ਤੋਂ ਥੱਲੇ ਇੱਕ ਲਾਈਵ ਕੋਰਸ ਆ, ਪਰ ਉਸ ਤੋਂ ਥੱਲੇ ਫ੍ਰੀ ਮੌਕ ਟੈਸਟ ਸੀਰੀਜ਼ ਪਈ ਹੈ। ਇਸ ਫ੍ਰੀ ਮੌਕ ਟੈਸਟ ਸੀਰੀਜ਼ ਜਿਹੜਾ 16 ਦਸੰਬਰ ਨੂੰ ਪਹਿਲਾ ਟੈਸਟ ਹੋਇਆ ਸੀ, ਉਹ ਟੈਸਟ ਉਸ ਟੈਸਟ ਦੀ PDF, ਉਸ ਟੈਸਟ ਦਾ ਵੀਡੀਓ ਸੋਲੂਸ਼ਨ ਪਿਆ ਹੋਇਆ। ਇੱਥੇ ਹੀ ਵੀਰਵਾਰ ਨੂੰ 25 ਤਰੀਕ ਨੂੰ ਜਿਸ ਦਿਨ ਅਸੀਂ ਕਿਹਾ ਹੈ ਉਸ ਦਿਨ ਦੂਸਰਾ ਟੈਸਟ ਅਪਲੋਡ ਹੋ ਜਾਊਗਾ। ਅਤੇ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ, ਟੈਸਟ ਸਾਰਾ 1-liner ਆ ਅਤੇ ਟੈਸਟ ਬੜੀ ਜ਼ਿੰਮੇਵਾਰੀ ਨਾਲ ਤਿਆਰ ਕੀਤਾ ਗਿਆ ਹੈ। ਸੀਰੀਅਸਲੀ ਦੇਖੋ, ਜਦੋਂ ਇੱਕ ਅਕੈਡਮੀ ਟੈਸਟ ਤਿਆਰ ਕਰਦੀ ਆ ਤਾਂ ਸਾਨੂੰ ਪਤਾ ਹੈ ਕਿ ਬਹੁਤ ਕਈ ਵਾਰੀ ਨਾ ਵਿੱਚ ਸਾਰੇ ਬੱਚੇ ਮਚਿਓਰ ਨਹੀਂ ਹੁੰਦੇ, ਕੁਛ 10% ਬੱਚੇ ਜਿਹੜੇ ਸਿਰਫ ਨਾਮ ਨੂੰ ਹੀ ਗਰੁੱਪ ਬੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਆ, ਉਹ ਕਈ ਵਾਰੀ ਬਿਨਾਂ ਸੋਚੇ ਕੋਈ ਵੀ ਗੱਲ ਬੋਲ ਦਿੰਦੇ ਆ, ਪਰ ਸਾਨੂੰ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਜ਼ਿੰਮੇਵਾਰੀ ਨਾਲ ਜਿਹੜੇ ਸੀਰੀਅਸ ਕੈਂਡੀਡੇਟ ਆ ਜਿਨ੍ਹਾਂ ਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਸਰ ਕੀ ਕਿਉਂ ਕਦੋਂ, ਸਾਨੂੰ ਤਾਂ ਬਸ ਇੱਕ ਚੀਜ਼ ਚਾਹੀਦੀ ਹੈ, ਚੰਗਾ ਕੰਟੈਂਟ, ਇੱਕ ਚੰਗੀ ਮੈਂਟਰਸ਼ਿਪ, ਚੰਗਾ ਕੰਟੈਂਟ, ਚੰਗੇ ਟੈਸਟ, ਤੇ ਸਾਨੂੰ ਹਰ ਇੱਕ ਚੀਜ਼ ਅਵੇਲੇਬਲ ਹੁੰਦੀ ਰਹੇ। ਸੋ ਕਾਈਂਡਲੀ ਤੁਸੀਂ ਸਾਡੇ ਮੌਕ ਟੈਸਟ ਸੀਰੀਜ਼ ਦੇ ਇਸ ਫੋਲਡਰ 'ਚ ਤਾਂ ਉਹਦੇ ਵਾਸਤੇ ਤੁਸੀਂ ਸਾਡੇ ਮਤਲਬ ਕਿ ਇਸ ਟੈਬ 'ਤੇ ਜਾ ਸਕਦੇ ਹੋ, ਤਾਂ ਤੁਸੀਂ ਕਾਈਂਡਲੀ ਇੱਕ ਵਾਰੀ ਕੱਲ੍ਹ ਵਾਲਾ ਟੈਸਟ ਜ਼ਰੂਰ ਦੇਖਣਾ ਹੈ। ਜੇ ਤੁਹਾਨੂੰ ਵਾਕਈ ਲੱਗਦਾ ਹੈ ਕਿ ਸਾਡੇ ਕੰਟੈਂਟ ਨੂੰ ਇੱਕ ਵਾਰੀ ਗੋ ਥਰੂ ਹੋ ਕੇ ਚੈੱਕ ਕਰਨਾ ਹੈ, ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਸਾਡਾ ਇੱਕ ਫੋਲਡਰ ਆ ਲਾਈਵ ਕੋਰਸ, ਜਦੋਂ ਤੁਸੀਂ ਖੋਲੋਗੇ ਨਾ ਹਰ ਸਬਜੈਕਟ ਦੀਆਂ ਇਹਦੇ 'ਚ 2-2, 3-3 ਵੀਡੀਓਜ਼ ਓਪਨ ਪਈਆਂ ਹੋਈਆਂ, ਤਾਂ ਜੋ ਤੁਸੀਂ ਸਾਡੀ ਪੜ੍ਹਾਈ ਇੰਗਲਿਸ਼, ਪੰਜਾਬੀ, ਕੰਪਿਊਟਰ, ਮੈਥ, ਰੀਜ਼ਨਿੰਗ, ਜੋਗ੍ਰਾਫੀ, ਪੰਜਾਬ GK, ਸਾਡੀ ਹਿਸਟਰੀ, ਸਾਡੀ ਸਾਇੰਸ, ਸਭ ਤੋਂ ਵੱਡੀ ਗੱਲ ਥੱਲੇ ਹੀ ਇੱਕ ਫੋਲਡਰ ਆ ਕਰੰਟ ਅਫੇਅਰਸ ਦਾ, ਸਾਡੇ ਪੜ੍ਹਾਈ ਕਰੰਟ ਅਫੇਅਰਸ, ਅਤੇ ਫਿਰ ਸਾਡਾ ਇੱਕ ਪੈਟਰਨ ਆ, ਸਾਡੀ ਇੱਕ ਆਹ ਵੀਡੀਓ ਆ ਹਾਊ ਟੂ ਸਟਾਰਟ ਕੋਰਸ, ਕਿ ਜੇ ਕੋਈ ਸਾਡੇ ਨਾਲ ਜੁੜਨਾ ਵੀ ਚਾਹੁੰਦਾ ਹੈ
ਕਿ ਬਈ ਸਰ ਸਾਨੂੰ ਤੁਹਾਡਾ ਕਨਸੈਪਟ ਸਹੀ ਲੱਗਿਆ ਤੇ ਕੱਲਾ ਸਾਨੂੰ ਸਾਡਾ ਕੰਟੈਂਟ ਨਹੀਂ, ਆਹ ਵੀਡੀਓ ਇਹ ਦੱਸੋਗੀ ਕਿ ਸਾਡਾ ਕਨਸੈਪਟ। ਇੱਕ ਗੱਲ ਯਾਦ ਰੱਖਿਓ, ਹਰ ਬੰਦੇ ਨੂੰ ਹਰ ਇੰਸਟੀਟਿਊਟ ਨਹੀਂ ਜੱਜ ਸਕਦਾ, ਇਹ ਬੇਸਿਕ ਫਾਰਮੂਲਾ ਹੈ। ਕੀ ਪਤਾ ਕੋਈ ਕਹੇ ਕਿ ਜਿਸ ਕਨਸੈਪਟ ਨਾਲ ਤੁਸੀਂ ਆਹ ਵੀਡੀਓ ਦੱਸੀ ਆ ਮੈਨੂੰ ਨਹੀਂ ਪਸੰਦ, ਉਹ ਸਾਨੂੰ ਖਾਰਜ ਕਰ ਸਕਦਾ ਹੈ। ਦੂਜਾ ਬੰਦਾ ਸਾਡੇ ਨਾਲ ਜੁੜਨ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ, ਪਰ ਫਿਲਹਾਲ ਦੀ ਘੜੀ ਤੁਹਾਡਾ ਮੇਨ ਫੋਕਸ ਹੋਣਾ ਚਾਹੀਦਾ ਹੈ ਪ੍ਰੀ ਮੋਕ ਟੈਸਟ ਜਿਹੜਾ ਕਿ ਵੀਰਵਾਰ ਨੂੰ ਹੋਊਗਾ, ਉਹਦੀ ਚੰਗੀ ਤਰ੍ਹਾਂ ਤਿਆਰੀ ਕਰ ਲਓ। ਇਹ ਬੜਾ ਮੈਨੂੰ ਐਵੇਂ ਲੱਗਦਾ, ਦੇਖੋ ਇਹ ਤਾਂ ਤੁਸੀਂ ਤੈਅ ਕਰੋਗੇ ਬਾਅਦ 'ਚ ਕਿ ਸਰ ਨਹੀਂ ਇਹ ਟੈਸਟ ਪੇਪਰ ਵਰਗਾ ਨਹੀਂ ਸੀਗਾ, ਉਹ ਤਾਂ ਤੁਹਾਡੀ ਉਹ ਤੁਸੀਂ ਸੋਚ ਸਕਦੇ ਹੋ, ਪਰ ਅਸੀਂ ਆਪਣੇ ਵੱਲੋਂ ਬੜੀ ਜ਼ਿੰਮੇਵਾਰੀ ਨਾਲ ਵੀ ਸਾਨੂੰ ਅਸੀਂ ਆਪਣੇ ਪੇਪਰ ਨੂੰ ਅਤੇ 20 ਤਰੀਕ ਵਾਲੇ ਟੈਸਟ ਨੂੰ ਸਾਹਮਣੇ ਰੱਖਿਆ, ਸਾਨੂੰ ਵਾਕਈ ਲੱਗਿਆ ਕਿ ਯਾਰ ਨਾ ਤਾਂ ਸਾਡਾ ਪੇਪਰ ਇੰਨਾ ਔਖਾ ਜਿਹੜਾ ਅਸੀਂ 20 ਨਾ ਤਾਂ ਸਾਡਾ ਪੇਪਰ ਆ ਜਿਹੜਾ ਅਸੀਂ 25 ਜਨਵਰੀ ਨੂੰ ਲੈ ਰਹੇ ਉਹ ਇੰਨਾ ਔਖਾ ਹੈ। ਉਹਦੇ ਬਰਾਬਰ ਦਾ ਹੀ ਟੈਸਟ ਸੀਗਾ, ਉਹੀ ਉਹਦੇ ਬਰਾਬਰ ਹੀ ਉਹ ਸਵਾਲ ਸੀ ਜਿਹੜੇ ਨਾਇਲਟ ਵਾਲਿਆਂ ਨੇ ਲੱਭ ਲੱਭ ਕੇ ਪਾਏ ਆ ਯਾਰ। ਸੋ ਅਸਲ ਦੇ ਵਿੱਚ 2024 ਦੀ ਸ਼ੁਰੂਆਤ 'ਚ ਸਾਨੂੰ ਇਹ ਪਤਾ ਲੱਗ ਜੂਗਾ ਕਿ PSSSB ਜਿਹੜਾ ਹੁਣ ਗਰੁੱਪ ਬੀ ਦੇ ਪੇਪਰ ਲੈ ਰਿਹਾ ਹੈ ਉਹ ਕੀ ਕਰਨ ਜਾ ਰਿਹਾ ਹੈ। ਕੁਛ ਗੱਲਾਂ ਤਾਂ ਉਹਨਾਂ ਨੇ ਦੱਸਤੀਆਂ ਕਿ ਬਈ ਸਾਰੇ ਸਬਜੈਕਟ ਮੈਥ ਹੋ ਗਿਆ, ਰੀਜ਼ਨਿੰਗ ਹੋ ਗਈ ਜਾਂ GK, ਬੇਸ਼ੱਕ ਵਨ ਲਾਈਨਰ ਆਵੇ। ਜਿਵੇਂ ਹੁਣ ਇੱਕ ਗੱਲ ਦੇਖੋ ਨਾ, ਵੁੱਡ ਸਰਟੀਫਿਕੇਸ਼ਨ ਸਕੀਮ, ਮੈਂ ਨਾ ਕਈ ਵਾਰੀ ਨਾਲ ਦੇ ਨੂੰ ਹੱਸ ਰਿਹਾ ਸੀਗਾ ਯਾਰ, ਮੈਂ ਕਿਹਾ PCS ਪ੍ਰੀ ਦੇ ਪੇਪਰ 'ਚ ਆਪਾਂ ਪੜ੍ਹਦੇ ਹਾਂ ਕਿ ਭਾਰਤ ਸਰਕਾਰ ਨੇ ਇੱਕ ਵੁੱਡ ਸਰਟੀਫਿਕੇਸ਼ਨ ਸਕੀਮ ਸ਼ੁਰੂ ਕੀਤੀ ਹੈ ਆਪਣੇ ਦੇਸ਼ 'ਚ ਜੰਗਲਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਨੈਚੁਰਲ ਵੈਜੀਟੇਸ਼ਨ ਨੂੰ ਕੁਦਰਤੀ ਬਨਸਪਤੀ ਨੂੰ ਪ੍ਰਮੋਟ ਕਰਨ ਵਾਸਤੇ। ਤੇ ਇਸ ਤਰੀਕੇ ਦਾ ਸਵਾਲ ਜਿਹੜਾ ਹੈ ਇਹ ਇਹਦੇ 'ਚ ਵਨ ਲਾਈਨਰ ਬਣਾ ਕੇ ਪਾ ਰਿਹਾ ਕਿ ਦੁਨੀਆ 'ਚੋਂ ਕਿਹੜਾ ਦੇਸ਼ ਹੈ ਜਿਹਨੇ ਸਭ ਤੋਂ ਪਹਿਲਾਂ ਵੁੱਡ ਸਰਟੀਫਿਕੇਸ਼ਨ ਸਕੀਮ ਸ਼ੁਰੂ ਕੀਤੀ ਹੈ। ਕਈ ਵਾਰੀ ਐਵੇਂ ਲੱਗਦਾ ਹੈ ਕਿ ਜਿਹੜੇ ਸਵਾਲ PCS ਜਾਂ ਵੱਡੇ ਪੇਪਰਾਂ 'ਚ ਆਉਣੇ ਚਾਹੀਦੇ ਆ ਉਹਨਾਂ ਨੂੰ ਇਹ 20 ਜਨਵਰੀ ਪਤਾ ਨਹੀਂ ਕਿ 21 ਜਨਵਰੀ ਦੇ ਪੇਪਰ ਦਾ ਕਰੰਟ ਅਫੇਅਰ ਆ। ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਗਾ, ਇਹ ਸਵਾਲ ਜਦੋਂ ਜੇ ਤੁਹਾਨੂੰ ਕਿਸੇ ਨੇ ਕਹਿ ਤਾ ਕਿ ਤੁਹਾਡਾ ਪੇਪਰ ਵਨ ਲਾਈਨਰ ਹੋਣਾ ਹੈ, ਇਹਦਾ ਕਦੇ ਮਤਲਬ ਨਹੀਂ ਕਿ ਤੁਹਾਨੂੰ ਅਗਲਾ ਇਹ ਕਹਿ ਰਿਹਾ ਕਿ ਪੇਪਰ ਸੌਖਾ ਹੋਊਗਾ। ਤੁਸੀਂ ਆਪ ਦੇਖੋ 2023 ਦਾ 21 ਮਈ ਦਾ ਪੇਪਰ ਐਕਸਾਈਜ਼ ਦਾ ਸੀ ਅਤੇ 14 ਤਰੀਕ ਦਾ ਪੇਪਰ ਪਟਵਾਰੀ ਦਾ ਸੀ, ਦੋਵੇਂ ਵਨ ਲਾਈਨਰ ਸੀ, ਪਰ ਇੱਕ ਪੇਪਰ ਦੀ ਕੱਟ ਆਫ 93-92 ਨੰਬਰ ਗਈ ਆ, ਇੱਕ 'ਚ ਸੀਟਾਂ 7ਵਾਂ ਹਿੱਸਾ ਸੀਗੀਆਂ, 8ਵਾਂ ਹਿੱਸਾ ਸੀਟਾਂ ਸੀਗੀਆਂ, 8ਵਾਂ ਅਤੇ 9ਵਾਂ ਹਿੱਸਾ ਸੀਟਾਂ ਸੀਗੀਆਂ ਅਤੇ ਕੱਟ ਆਫ 80 ਨੰਬਰ ਗਈ ਆ, 82 ਜਾਂ 83-83 ਨੰਬਰ 'ਚ ਸਿਰਫ 100 ਸੀਟਾਂ ਸੀ। ਇਟ ਮੀਨਸ ਵਨ ਲਾਈਨਰ ਪੇਪਰ ਔਖਾ ਕੀਤਾ ਜਾ ਸਕਦਾ ਹੈ। ਇੱਕ ਗੱਲ ਹੋਰ, ਜਿਹੜੇ ਬੱਚੇ ਕਹਿੰਦੇ ਆ ਕਿ ਸਰ ਸਾਨੂੰ ਸਾਰਾ ਕੁਛ ਸਮਝ ਆ ਜੇ, ਸਾਰਾ ਕੁਛ ਸਮਝਣ ਵਾਸਤੇ ਸਾਰਾ ਕੁਛ ਹੀ ਪੜ੍ਹਨਾ ਪੈਂਦਾ ਹੈ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਮੈਨੂੰ ਪੇਪਰ ਪਾਉਣ ਵਾਲੇ ਦਾ ਪਤਾ ਹੀ ਨਹੀਂ ਲੱਗ ਰਿਹਾ, ਉਹ ਚੱਕ ਕੇ UN ਦੀ ECOSOC ਨਾਲ ਸੰਬੰਧਿਤ ਸਵਾਲ ਪਾ ਰਿਹਾ ਹੈ। ਕਦੇ ਉਹ ਬੰਦਾ ਆਪਣਾ ਉਹਦੇ 'ਚੋਂ ਜਿਹੜੇ ਸਟੂਡੈਂਟ ਸਾਡੇ ਕੋਰਸ ਦੇ ਵਿੱਚ ਜੁੜੇ ਹੋਏ ਆ ਉਹਨਾਂ ਨੂੰ ਇੱਕ ਸਲਾਹ ਹੋਰ ਦੇਦਾ ਮੈਂ ਕਿ ਇੱਕ ਤਾਂ ਜਿਹੜਾ ਤੁਹਾਡੇ ਨਾਲ ਮੈਂ ਸ਼ੀਟ ਪ੍ਰੀਵੀਅਸ ਈਅਰ ਵਾਸਤੇ ਸੀਨੀਅਰ ਅਸਿਸਟੈਂਟ ਪ੍ਰੀਵੀਅਸ ਈਅਰ ਬੁੱਕ ਸ਼ੇਅਰ ਕੀਤੀ ਆ ਉਹਦੇ 'ਚੋਂ ਤੁਸੀਂ, ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਤਾਂ ਕਿ, ਅਤੇ ਇੱਕ ਗੱਲ ਹੋਰ, ਇਹ ਸਿਰਫ ਪੇਡ ਸਟੂਡੈਂਟਸ ਨਾਲ ਨਹੀਂ ਹਰ ਸਟੂਡੈਂਟ ਨਾਲ ਸ਼ੇਅਰ ਕੀਤੀ ਗਈ ਕਿਤਾਬ ਆ। ਸੋ ਕਾਇੰਡਲੀ ਜੇ ਕੋਈ ਬੱਚਾ ਇਹ ਕਹੇ ਕਿ ਇਹ ਸਾਡੇ ਨਾਲ ਸ਼ੇਅਰ ਕੀਤੀ ਗਈ ਕਿਤਾਬ ਨਹੀਂ ਗੀ, ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਬੁੱਕ ਫੋਰ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਪ੍ਰੀਵੀਅਸ ਈਅਰ ਪੇਪਰ ਜਿਹੜਾ ਪਹਿਲਾ ਹੈ ਅਪ੍ਰੈਲ 2010 ਦਾ ਰਿਕਰੂਟਮੈਂਟ ਵਾਲਾ, ਉਹ ਪੇਪਰ ਤੁਸੀਂ ਛੱਡ ਸਕਦੇ ਹੋ। ਮੈਂ 28 ਤਰੀਕ ਵਾਲੇ ਪੇਪਰ ਵਾਸਤੇ ਕਹਿ ਰਿਹਾ ਕਿ ਤੁਸੀਂ ਕਿਹੜੇ ਕਿਹੜੇ 3-4 ਪੇਪਰ ਜੇ ਤੁਸੀਂ ਉਹਦੇ 'ਚੋਂ ਸੋਲਵ ਕਰ ਲਓ, ਤਾਂ ਦੂਜਾ ਪੇਪਰ ਆ ਕੁਸ਼ਚਨ ਪੇਪਰ ਐਂਡ ਫੋਰ ਰਿਕਰੂਟਮੈਂਟ ਟੈਸਟ ਹੈਲਡ ਔਨ 17/5/2015 ਸੀਨੀਅਰ ਅਸਿਸਟੈਂਟ, ਇਹ ਪੇਪਰ ਜ਼ਰੂਰ ਕਰਕੇ ਦੇਖਣਾ ਹੈ। ਘੱਟੋ ਘੱਟ ਇਸ ਪੇਪਰ 'ਚੋਂ ਮੈਥ, ਰੀਜ਼ਨਿੰਗ, ਇੰਗਲਿਸ਼, ਪੰਜਾਬੀ, ਕੰਪਿਊਟਰ। ਉਸ ਤੋਂ ਬਾਅਦ ਤੀਸਰਾ ਪੇਪਰ ਆ
ਕੁਐਸਚਨ ਪੇਪਰ ਫੋਰ ਰਿਕਰੂਟਮੈਂਟ ਆਫ ਹੈਲਡ ਔਨ 18/1/2015 ਸੀਨੀਅਰ ਅਸਿਸਟੈਂਟ, ਇਹ ਵੀ ਕਰਕੇ ਦੇਖਣਾ, ਥੋੜ੍ਹਾ ਜਿਹਾ ਪ੍ਰਿੰਟ ਖਰਾਬ ਆ। ਉਸ ਤੋਂ ਅਗਲਾ ਪੇਪਰ ਉਹਨੂੰ ਇਗਨੋਰ ਕਰ ਦਿਓ। ਉਸ ਤੋਂ ਅਗਲਾ ਪੇਪਰ ਕੁਐਸਚਨ ਪੇਪਰ ਫੋਰ ਰਿਕਰੂਟਮੈਂਟ ਹੈਲਡ ਔਨ 16/5/2015 ਮੈਨੇਜਰ ਆਈਟੀ, ਇਹ ਪੇਪਰ ਜ਼ਰੂਰ ਕਰਕੇ ਦੇਖਿਓ ਜੀ। ਹਾਂ, ਜਿੱਥੋਂ ਥੱਲੇ ਲੱਗਿਆ ਕਿ ਕੰਪਿਊਟਰ ਵਾਲਾ ਪੋਰਸ਼ਨ ਸ਼ੁਰੂ ਹੋ ਗਿਆ, ਉੱਥੋਂ ਇਗਨੋਰ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਪ੍ਰੋਗਰਾਮਰ ਦਾ ਪੇਪਰ ਆ 16/5/2015 ਵਾਲਾ, ਇਹ ਪੇਪਰ ਜ਼ਰੂਰ ਕਰਕੇ ਦੇਖਣਾ ਹੈ, ਬੜਾ ਵਧੀਆ ਪੇਪਰ ਆ। ਉਸ ਤੋਂ ਬਾਅਦ ਆ ਸੀਨੀਅਰ ਅਸਿਸਟੈਂਟ ਅਕਾਊਂਟਸ ਦਾ ਪੇਪਰ, ਉਹ ਪੇਪਰ ਜ਼ਰੂਰ ਕਰਕੇ ਦੇਖਣਾ। ਜੇ ਤੁਸੀਂ ਇੰਨੇ ਪੇਪਰ ਕਰ ਲਏ ਤਾਂ ਮੈਂ ਇਸ ਗੱਲ ਦੀ ਸ਼ੋਰਟ ਹੀ ਦਿੰਦਾ, ਜੇ ਇਸ ਤੋਂ ਬਾਅਦ ਇੱਕ ਸੀਨੀਅਰ ਆਡੀਟਰ ਦਾ ਪੇਪਰ ਆ, ਠੀਕ ਆ। ਇਹ ਕਿਉਂ ਕਹਿ ਰਿਹਾ ਮੈਂ, ਜਿਹੜੇ 28 ਤਰੀਕ ਤੱਕ ਹੋਣਗੇ 28 ਤਰੀਕ ਤੱਕ ਕਰ ਲਿਓ, ਨਹੀਂ ਤਾਂ ਤੁਸੀਂ ਇਸ ਤੋਂ ਅਗਲਾ ਸੀਨੀਅਰ ਆਡੀਟਰ ਵਾਲਾ ਪੇਪਰ, ਉਸ ਤੋਂ ਅਗਲਾ ਸਟੈਨੋਟਾਈਪਿਸਟ ਵਾਲਾ ਪੇਪਰ ਆ, ਉਹ ਵੀ ਕਰਨਾ ਹੈ। ਅਤੇ ਜ਼ਰੂਰੀ ਨਹੀਂ ਕਿ 28 ਤੱਕ ਕਰਨੇ ਆ, 28 ਤੋਂ ਬਾਅਦ, ਕਿਉਂਕਿ ਉਸ ਤੋਂ ਅਗਲਾ ਪੇਪਰ ਹੈਗਾ ਹੈ ਮੈਨੇਜਰ ਆਈਟੀ ਦਾ ਪੇਪਰ, ਉਹ ਵੀ ਟਰਾਈ ਕਰਨਾ ਹੈ। ਪੇਪਰ ਇਕੱਲੇ ਆਹ ਥੋੜ੍ਹਾ ਦੇਣੇ ਆ। ਹੁਣ ਤੁਸੀਂ ਕਹੋਗੇ ਸਰ ਇਹ ਪੇਪਰ ਕਰਨ ਵਾਸਤੇ ਤੁਸੀਂ ਪ੍ਰਮੋਟ ਕਿਉਂ ਕੀਤਾ ਸੀ, ਕਿਉਂਕਿ ਇਹ ਪੇਪਰ 2015-14 'ਚ ਗਰੁੱਪ ਬੀ ਦੇ ਹੋਏ ਸੀ। ਅਤੇ ਸੱਚੀ ਦੱਸਾਂ, ਤੁਸੀਂ ਹੁਣ ਦੇਖ ਲਿਓ ਇਹਨਾਂ ਪੇਪਰਾਂ ਦੇ ਨਾਲ 20 ਤਰੀਕ ਵਾਲੇ ਪੇਪਰ ਦਾ ਲੈਵਲ ਮੈਚ ਹੋਇਆ ਹੈ ਜਾ ਕੇ, ਕਿਉਂਕਿ ਅਸਲ ਦੇ ਵਿੱਚ ਸਾਨੂੰ ਇਹ ਗੱਲ ਸਮਝ ਨਹੀਂ ਪਊਗੀ ਕਿ ਜਦੋਂ ਸਾਨੂੰ ਕੋਈ ਮੈਂਟਰ ਗਾਈਡ ਕਰਦਾ ਹੈ ਉਹ ਕੁਛ ਸੋਚ ਕੇ ਕਰਦਾ ਹੈ। ਨਾਈਲੇਟ ਦੇ ਪੇਪਰ ਪ੍ਰਮੋਟ ਕਰਨ ਦੀ ਬਜਾਏ ਮੈਂ ਸੀਨੀਅਰ ਅਸਿਸਟੈਂਟ ਦੀ ਕਿਤਾਬ, ਜਿਹੜੀ ਕਿਤਾਬ ਆ ਮੈਂ ਤੁਹਾਨੂੰ ਹੁਣ ਸ਼ੋਅ ਕਰ ਵੀ ਰਿਹਾ, ਠੀਕ ਆ। ਸੋ ਇਸ ਕਿਤਾਬ ਦੇ ਵਿੱਚ ਮੈਂ ਬਕਾਇਦਾ ਇਸ ਕਿਤਾਬ ਦਾ ਜਿਹੜਾ ਫਰੰਟ ਸੀਗਾ, ਜੇ ਹੁਣ ਇੱਥੇ ਸ਼ਾਇਦ ਮੈਂ ਇਸ ਤਰੀਕੇ ਦੀ ਕਿਤਾਬ ਸੀ ਆ ਵਾਲੀ, ਠੀਕ ਆ। ਸੋ ਇਹ ਉਹ ਕਿਤਾਬ ਆ ਜਿਹੜੀ, ਹਾਂ, ਇਹ ਬੁੱਕ ਫੋਰ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ। ਸੋ ਇਹ ਸਾਡੇ ਟੈਲੀਗ੍ਰਾਮ ਚੈਨਲ 'ਤੇ ਵੀ ਪਈ ਆ, ਅਤੇ ਲਿਖਿਆ ਵੀ ਹੈ ਥੱਲੇ ਬਕਾਇਦਾ PSSSB ਐਡਵਰਟਾਈਜ਼ਮੈਂਟ 6/2023 ਕਿ ਉਹਦੇ ਵਾਸਤੇ ਇਹ ਕਿਤਾਬ ਸੀ। ਸੋ ਇਹਦੇ 'ਚੋਂ ਜਿਹੜੇ ਜਿਹੜੇ ਮੈਂ ਟੈਸਟ ਬੋਲੇ ਆ, ਮੈਂ ਨਹੀਂ ਕਹਿੰਦਾ ਇਸ ਪੇਪਰ ਵਾਸਤੇ, ਇਸ ਪੇਪਰ ਤੋਂ ਬਾਅਦ ਅੱਗੇ ਵੀ ਤਾਂ ਸੀਨੀਅਰ ਅਸਿਸਟੈਂਟ ਦਾ ਗਰੁੱਪ ਬੀ ਦੇ ਕਿੰਨੇ ਪੇਪਰ ਬੋਰਡ ਨੇ ਲੈਣੇ ਆ, ਘੱਟੋ ਘੱਟ ਅਸੀਂ ਗਰੁੱਪ ਬੀ ਲੈਵਲ ਦੇ ਪੇਪਰ ਕਰੀਏ। ਹਾਂ, ਤੁਸੀਂ ਕਹੋਗੇ ਸਰ ਕਰੰਟ ਅਫੇਅਰਸ ਕਿੱਥੋਂ ਤਿਆਰ ਕਰੀਏ, ਕਰੰਟ ਅਫੇਅਰਸ ਵਾਸਤੇ ਤਾਂ ਮੈਂ ਹਮੇਸ਼ਾ ਬੜੇ ਵੱਖਰੇ ਵੱਖਰੇ ਸਰੋਤ ਦੱਸ ਚੁੱਕੇ ਹਾਂ, ਕਰੰਟ ਅਫੇਅਰਸ ਦਾ ਲੈਵਲ ਨਹੀਂ ਜ਼ਿਆਦਾ ਬਦਲਦਾ, ਕਰੰਟ ਅਫੇਅਰਸ ਉਸੇ ਲੈਵਲ ਦੇ ਰਹਿਣੇ ਆ। ਇੱਕ ਗੱਲ ਹੋਰ, PSSSB ਦੀ ਇੱਕ ਹੋਰ ਬੜੀ ਅਜੀਬ ਗੱਲ ਸਾਹਮਣੇ ਆ ਰਹੀ ਆ, ਕਹਿ ਕੇ ਕਿ ਅਸੀਂ ਵਰਲਡ ਹਿਸਟਰੀ ਨਹੀਂ ਪਾਉਣੀ, ਏਨਸ਼ੰਟ ਮਡੀਵਲ ਨਹੀਂ ਪਾਉਣੀ, ਪਾ ਰਹੇ ਆ। ਸੋ ਉਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਮੈਂ ਨਹੀਂ ਕਹਿੰਦਾ ਇਸ ਪੇਪਰ ਦੀ ਤਿਆਰੀ, ਇੱਕ ਵਾਰੀ ਆਪਣੀ ਤਿਆਰੀ ਨੂੰ ਪੂਰੇ ਵਧੀਆ ਤਰੀਕੇ ਨਾਲ, ਤੁਸੀਂ ਕਦੇ ਵੀ ਨਾ ਇਹ ਨਾ ਸਮਝੋ ਕਿ ਸਰ ਪੇਪਰ 1-liner ਆ, ਅਤੇ ਤਿਆਰੀ ਵੀ 1-liner ਕਰਨੀ ਪਊਗੀ। ਅਗਲੇ ਵਰਲਡ ਵਾਰ 1 ਦੇ ਵਿੱਚ ਕੋਈ ਇੱਕ ਟ੍ਰਿਟੀ ਪੁੱਛ ਰਹੇ ਆ, ਬਈ ਉਹਦੇ ਵਾਸਤੇ ਪੂਰੀ ਵਰਲਡ ਵਾਰ ਹੀ ਸਮਝਣੀ ਪੈਣੀ ਹੈ, ਕਰੀਏ ਕੀ, ਕਿਵੇਂ ਮੈਂ ਦੱਸਦਾ ਕਿ ਵੀ ਫਲਾਣੀ ਹੰਗਰੀ ਇਸ ਟ੍ਰਿਟੀ ਨਾਲ ਹਾਰਿਆ ਸੀ, ਮੈਂ ਕਿਵੇਂ ਦੱਸਦਾ ਕਿ ਬੁਲਗੇਰੀਏ ਦੇ ਨਾਲ ਆਹ ਸੰਧੀ ਹੋਈ ਸੀ ਫਸਟ ਵਰਲਡ ਵਾਰ 'ਚ, ਜਾਂ ਆਸਟਰੀਆ ਦੇ ਨਾਲ ਸੈਂਟ ਜਰਮੇਨ ਦੀ ਸੰਧੀ ਹੋਈ ਸੀ। ਰੱਟਾ ਮਾਰਨ ਲੱਗੇ ਤਾਂ ਆਪਾਂ ਇਹ ਕਹਿ ਸਕਦੇ ਕਿ ਵਰਲਡ ਵਾਰ 1 ਐਂਡਸ ਵਿਦ ਟ੍ਰੀਟੀ ਆਫ ਵਰਸਲੇਜ਼। ਸੋ ਇਹ ਗੱਲਾਂ ਮੈਂ ਇਹ ਕਿੱਥੋਂ ਚੱਕ ਰਿਹਾ ਗੱਲਾਂ, ਬਈ ਇਹਨਾਂ ਨੇ ਪਿੱਛੇ ਜੇ ਇੱਕ ਪੇਪਰ ਲਿਆ ਸੀ ਉਹਦਾ, ਮਤਲਬ ਫਾਇਰਮੈਨ ਦਾ, ਫਾਇਰਮੈਨ ਦੇ ਪੇਪਰ 'ਚ ਫਾਇਰਮੈਨ ਦੀ ਪੋਸਟ ਦੇਖੋ ਅਤੇ ਵਰਲਡ ਹਿਸਟਰੀ ਦਾ ਸਵਾਲ ਦੇਖੋ। ਇਟ ਮੀਨਸ ਜਦੋਂ ਇੰਨੀਆਂ ਪੋਸਟਾਂ ਆਈਆਂ, ਚਲੋ ਉੱਥੇ ਤਾਂ ਉੱਪਰ ਥੱਲੇ ਨਹੀਂ ਪਤਾ ਲੱਗਦਾ, ਯਾਰ 150-200 ਪੋਸਟਾਂ ਦਾ ਮਸਲਾ ਹੈ, ਉੱਥੇ ਤਾਂ ਇੱਕ ਇੱਕ ਸਵਾਲ ਮੈਟਰ ਕਰਦਾ ਹੈ। ਉੱਥੇ ਜਿਹੜਾ ਬੱਚਾ 2-4 GK ਦੇ ਸਵਾਲ, 5-7-10 GK ਦੇ ਸਵਾਲ ਵੱਧ ਕਰ ਗਿਆ, ਹੁਣ ਸਮਝ ਹੀ ਨਹੀਂ ਆਉਂਦੀ ਕਿ ਬਈ ਜਿਹੜਾ ਸਿਲੇਬਸ ਪ੍ਰਿਸਕ੍ਰਾਈਬ ਕਰਦੇ ਆ ਉਹ ਤਾਂ ਸਾਰੀਆਂ ਅਕੈਡਮੀਆਂ, ਚਾਹੇ ਮੈਂ ਆ ਜਾਂ ਕੋਈ ਵੀ ਆ, PSSSB ਦੇ ਕੋਰਸ 'ਚ ਪਾ ਦਿੰਦੇ ਆ,
ਪਰ ਜਦੋਂ ਇਹ ਵਰਲਡ ਹਿਸਟਰੀ ਚੋਂ ਸਵਾਲ ਪਾ ਰਹੇ ਆ, ਏਸ਼ੀਅਨ ਚੋਂ ਪਾ ਰਹੇ ਆ ਜਾਂ ਹੋਰ ਪਾਸਿਓਂ ਸਵਾਲ ਚੱਕ ਚੱਕ ਕੇ ਪਾ ਰਹੇ ਆ, ਫਿਰ ਹੁਣ ਕਿਸੇ ਨੂੰ ਕੀ ਕਹੀਏ ਕਿ ਬਈ ਇਹ ਤਾਂ PCS ਪ੍ਰੀ ਦਾ ਸਿਲੇਬਸ ਆ, ਅਸੀਂ ਵੀ ਕੀ ਕਰੀਏ, ਬੱਚੇ ਵੀ ਕੀ ਕਰਨ? ਸੋ ਬੜੀ ਦੁਵਿਧਾ ਚ ਪਾ ਰੱਖਿਆ ਬੱਚਿਆਂ ਨੂੰ, ਤਾਂ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਮੇਰੇ ਵਰਗੇ ਨੂੰ ਵੀ ਕਹਿਣਾ ਪੈ ਜੇ ਕਿ ਬਈ ਇੱਕ ਵਾਰੀ ਇੱਦਾਂ ਕਰੋ, ਜਦੋਂ ਤੁਸੀਂ ਇੰਗਲਿਸ਼, ਪੰਜਾਬੀ, ਕੰਪਿਊਟਰ, ਮੈਥ, ਰੀਜਨਿੰਗ ਤਿਆਰੀ ਕਰ ਲਿਆ, GK ਚ ਪਈ ਹੱਥ ਜੋੜੇ ਆ, PCS ਪ੍ਰੀ ਲੈਵਲ ਦੇ ਸਾਰੇ ਸਬਜੈਕਟ ਪੜ੍ਹ ਜਾਓ, ਕੋਈ ਪਤਾ ਨਹੀਂ ਲੱਗ ਰਿਹਾ ਪੇਪਰ ਕਿੱਥੋਂ ਪਾ ਦੇਣ। ਹੁਣ ਨਾ ਤੁਹਾਡੀ ਨਾ ਮੇਰੀ ਕਿਹਦੀ ਗਲਤੀ ਆ ਜੇ ਪੇਪਰ 'ਚ ਸਵਾਲ ਵਰਲਡ ਹਿਸਟਰੀ ਦਾ ਆ ਜੇ, ਜੇ ਸਿਲੇਬਸ 'ਚ ਮੈਨਸ਼ਨਡ ਹੀ ਹੈ ਨਹੀਂ, ਤਾਂ ਮੈਂ ਦੱਸੋ ਕਿਉਂ ਕਰਾਊਂਗਾ, ਜਾਂ ਦੂਜੇ ਤਰੀਕੇ ਨਾਲ ਤੁਸੀਂ ਦੱਸੋ ਕਿਉਂ ਕਰੋਗੇ। ਪਰ ਜਿਹੜੇ ਬੱਚੇ ਕਿਸੇ ਵੀ ਅਕੈਡਮੀ 'ਚ ਮੇਰੇ ਕੋਲ ਜਾਂ ਕਿਤੇ ਵੀ PCS ਫ੍ਰੀ ਦੀ ਤਿਆਰੀ ਕਰ ਰਹੇ ਆ, ਉਹਨਾਂ ਨੂੰ ਵਰਲਡ ਹਿਸਟਰੀ ਪੜ੍ਹਾਈ ਜਾ ਰਹੀ ਆ, ਉਹਨਾਂ ਨੂੰ ਇਹਦਾ ਅਨਡਿਊ ਐਡਵਾਂਟੇਜ ਮਿਲ ਜਾਣਾ। ਸੋ ਆਪਾਂ ਨੂੰ ਇੱਕ ਕੰਮ ਜੋ ਆਪਾਂ ਕਰ ਸਕਦੇ ਹਾਂ, ਜੋ ਨਹੀਂ ਕਰ ਸਕਦੇ ਤਾਂ ਛੱਡ ਦਿਓ, ਜੋ ਕਰ ਸਕਦੇ ਹਾਂ ਉਹ ਇਹ ਆ ਕਿ ਪੁਰਾਣੇ ਪੇਪਰ ਜਿਹੜੇ ਉਸ ਲੈਵਲ ਨਾਲ ਮੈਚ ਕਰਦੇ ਆ ਉਹ ਚੰਗੀ ਤਰ੍ਹਾਂ ਕਰਕੇ ਜਾਈਏ। ਤੇ ਜੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਅਸੀਂ ਇਹ 25 ਤਰੀਕ ਦਾ ਮੌਕ ਟੈਸਟ ਜਿਹੜਾ ਹੈ ਉਹ ਤਿਆਰ ਕਰ ਰਹੇ ਹਾਂ, ਠੀਕ ਆ, ਸੋ ਉਹ ਚੰਗੀ ਤਰ੍ਹਾਂ ਸੋਲਵ ਕਰੀਏ। ਸੋ ਬਹੁਤ ਇੰਪੋਰਟੈਂਟ ਗੱਲ ਸੀਗੀ, ਸੋ ਇਹ ਮੈਂ ਤੁਹਾਡੇ ਨਾਲ ਡਿਸਕਸ ਕਰਤਾ ਕਿ ਆਹ ਕਨਸੈਪਟ ਆ ਸਾਡਾ, ਠੀਕ ਆ। ਇਸ ਤੋਂ ਬਿਨਾਂ ਵੀ ਸਾਡੇ ਕੋਲ PCS ਦਾ ਜਿਹੜਾ ਪ੍ਰੀਲਿਮਸ ਦਾ ਵੱਖਰਾ ਕੋਰਸ ਆ, ਮੇਨਸ ਦਾ ਵੱਖਰਾ, ਇਹ ਬਾਅਦ ਦੀਆਂ ਗੱਲਾਂ ਹੈ। ਖੈਰ, ਤੁਸੀਂ ਸਭ ਤੋਂ ਪਹਿਲਾਂ ਤਾਂ ਇਸ ਟੈਸਟ ਨੂੰ ਜਾ ਕੇ ਸੋਲਵ ਕਰਨਾ ਹੈ, ਸੋ ਅੱਜ ਵਾਸਤੇ। ਤੇ ਟੈਸਟ ਬਕਾਇਦਾ ਅਸੀਂ ਅਪਲੋਡ ਕਰਾਂਗੇ 25 ਜਨਵਰੀ 2024 ਨੂੰ 12:30 ਦੁਪਹਿਰੇ, ਤੇ ਟੈਸਟ ਇਕੱਲਾ ਨਹੀਂ ਆਊਗਾ, ਵਿਦ ਵੀਡੀਓ ਸੋਲਿਊਸ਼ਨ ਆਊਗਾ, ਠੀਕ ਆ। ਤੇ ਉਸ ਤੋਂ ਬਾਅਦ 25 ਜਨਵਰੀ ਨੂੰ ਹੀ ਸ਼ਾਮ ਤੱਕ ਸਾਡੀ ਕਮਿਟਮੈਂਟ ਆ ਪੰਜਾਬੀ ਵਿਆਕਰਨ ਤੇ ਮੈਰਾਥਨ ਦੀ, ਤਾਂ ਜੋ ਜਿਹੜੀ ਉਹ 12, 13, 15 ਨੰਬਰ ਦੀ ਵਿਆਕਰਨ ਆਉਣੀ ਆ, ਜੇ ਉਹ ਔਖੇ ਸਵਾਲਾਂ ਚੋਂ ਆਈ, ਤੇ ਜਿਹੜੇ ਬੱਚੇ ਕਹਿ ਰਹੇ ਆ ਕਿ ਸਰ ਆਪਾਂ ਕੀ ਨਿਪਾਤ, ਨਿਪਾਂਕ ਤੇ ਵਾਕੰਸ਼ ਦੇ ਲੈਕਚਰਸ ਲਾਏ ਆ, ਕਾਈਂਡਲੀ ਉਹ ਆਪਣੇ ਲੈਕਚਰਸ ਨੂੰ ਦੁਬਾਰਾ ਦੇਖਣ, ਆਪਣੀ ਪੰਜਾਬੀ ਵਿਆਕਰਨ 'ਚ ਇਹ ਲੈਕਚਰਸ ਲੱਗੇ ਹੋਏ ਆ, ਇਹ ਬਹੁਤ ਇੰਪੋਰਟੈਂਟ ਆ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।